ਵੀਡੀਓ ਦੇਖਣ ਤੋਂ ਪਹਿਲਾਂ ਸੱਚ ਦਾ ਸੁਨੇਹਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਲੱਗੇ ਬੈਲ ਦੇ ਆਈਕਨ ਤੇ ਜਰੂਰ ਕਲਿੱਕ ਕਰੋ। ਪੈਸੇ ਦਾ ਜ਼ੋਰ, ਸੱਤਾ ਦਾ ਨਸ਼ਾ ਸਾਡਾ ਹੈ। ਜਿਹੜੇ ਦੋ ਨੌਜਵਾਨ ਸਿੱਖ ਮਾਰੇ ਗਏ ਉਹਨਾਂ ਦਾ ਇਨਸਾਫ ਕੋਈ ਹੋਰ ਨੁਕਸਾਨ ਹੋਵੇਗਾ, ਅਸੀਂ ਹਮੇਸ਼ਾ ਇਨਸਾਫ ਦੀ ਲੜਾਈ ਲੜਾਂਗੇ। ਮੈਂ ਸਾਰੇ ਪਿਆਰਾਂ ਦੇ ਲੋਕਾਂ ਦਾ, ਸਾਰੇ ਧਰਮਾਂ ਦੇ ਲੋਕਾਂ ਦਾ ਅੱਜ ਦੇ ਇਸ ਪ੍ਰੋਗਰਾਮ ਨੂੰ ਲਾਲਸਾਨ ਪ੍ਰੋਗਰਾਮ ਕਰਨ 'ਤੇ ਰੋਕ ਮਾਰ ਕਰਨ 'ਤੇ ਸਾਡੇ ਕੋਲ ਸਭ ਕੋਲ ਕੋਈ ਸ਼ਬਦ ਨਹੀਂ ਗਾ ਜਿੱਦਾਂ ਤੁਸੀਂ ਆ ਸਮੁੰਦਰ ਦਾ, ਮਨੁੱਖਤਾ ਦਾ ਸਮੁੰਦਰ ਲੈਣ ਦਾ ਕੋਟਕਪੂਰੇ ਤੋਂ ਬਰਗਾੜੀ ਦੀ ਰੋਸ ਮਾਰਚ ਤੱਕ, ਅਤੇ ਹਲੇ ਬਰਗਾੜੀ ਤੋਂ 2 ਕਿਲੋਮੀਟਰ ਆ। ਮੈਨੂੰ ਲੱਗਦਾ ਕਿ ਇਹ ਜਿਹੜਾ ਬਲੋਕ ਹੈ ਇਹ ਸ਼ਾਇਦ 25-30 ਕਿਲੋਮੀਟਰ ਚੌਕੋ ਬਲੋਕ ਹੈ ਸਾਰੀ ਤਰਫ ਦੇ ਵਿੱਚ ਦੇਖੋਗੇ ਤੁਸੀਂ। ਇਸ ਲਈ ਮੈਂ ਤਾਂ ਸਿਰਫ ਸਿਰਫ ਅਤੇ ਸਿਰਫ ਖੜਾ ਹੋ ਕੇ ਸਮੂਹ ਪੰਜਾਬੀਆਂ ਦਾ, ਹਰ ਵਰਗ ਦੇ ਲੋਕਾਂ ਦਾ, ਹਰ ਧਰਮ ਦੇ ਲੋਕਾਂ ਦਾ, ਬਸ ਉਹਨਾਂ ਦਾ ਦੇਣ ਨਹੀਂ ਦੇ ਸਕਦੇ ਅਸੀਂ ਸਾਰੇ, ਕਿਉਂਕਿ ਇਹ ਰੋਸ ਮਾਰਚ ਕਿਸੇ ਵਿਅਕਤੀ ਵਿਸ਼ੇਸ਼ ਦਾ ਨਹੀਂ ਗਾ, ਕਿਸੇ ਪਾਰਟੀ ਦਾ ਨਹੀਂ ਗਾ, ਇਹ ਸਾਰੇ ਧਰਮਾਂ ਦਾ ਇੱਕ ਸਾਂਝੀ ਬਾਲਦਾ ਦਾ ਇਕੱਠ ਆ। ਕਿਉਂਕਿ ਗੁਰੂ ਗ੍ਰੰਥ ਸਾਹਿਬ ਉਪਦੇਸ਼ ਸਰਬੱਤ ਦੇ ਭਲੇ ਦਾ ਦਿੰਦਾ ਵਾ, ਸਾਰੇ ਧਰਮਾਂ ਦੀ ਬਾਣੀ ਦਰਜ ਆ। ਇਸ ਲਈ ਜਿਹੜਾ ਅੱਜ ਲੋਕਾਂ ਨੇ ਆਪ ਮੁਹਾਰੇ ਇਕੱਠ ਕੀਤਾ, ਇਹ ਇੱਕ ਪੰਜਾਬ ਦੇ ਇਤਿਹਾਸ ਵਿੱਚ ਟਰਨਿੰਗ ਪੁਆਇੰਟ ਹੋਵੇਗਾ, ਔਰ ਇਹ ਇਕੱਲੀ ਇਨਸਾਫ਼ ਦੀ ਲੜਾਈ ਹੈ। ਇਹਦਾ ਮਤਲਬ ਪੰਜਾਬ ਦੇ ਲੋਕ ਬੇਇਨਸਾਫ਼ ਦੇ ਬਣ ਗਏ। ਇਸ ਲਈ ਜਿਹੜਾ ਇਹ ਫਿਰਕਾ ਪ੍ਰਸਤੀ ਦੀ ਗੱਲ ਕਰਦਾ ਸੀ ਬਾਦਲ ਅਤੇ ਕੈਪਟਨ ਅਤੇ ਧਰਮ 'ਤੇ ਵੰਡੀਆਂ ਪਾਉਂਦਾ ਸੀ, ਅੱਜ ਕੋਈ ਵੀ ਨਹੀਂ ਰਿਹਾ ਸਾਡੇ ਨਾਲ। ਹਿੰਦੂ ਵੀਰ, ਮੁਸਲਮਾਨ ਵੀਰ, ਈਸਾਈ ਵੀਰ, ਬੈਕਵਰਡ ਕਲਾਸਿਸ, ਦਲਿਤ ਭਾਈਚਾਰਾ, ਸਿੱਖ ਭਾਈਚਾਰਾ, ਸਾਰਿਆਂ ਨੇ ਆਣ ਕੇ ਇਹ ਸਬੂਤ ਦਿੱਤਾ ਕਿ ਅਸੀਂ ਦੋਸ਼ੀਆਂ ਦੀ ਗ੍ਰਿਫਤਾਰੀ ਮੰਗਦੇ ਹਾਂ, ਅਸੀਂ ਇਨਸਾਫ਼ ਚਾਹੁੰਦੇ ਹਾਂ। ਕਿੰਨੀ ਦੇਰ ਬੇਇਨਸਾਫ਼ੀ ਕਰੋਗੇ ਪੰਜਾਬ ਦੇ ਨਾਲ? ਸਾਡੇ ਸੂਬੇ ਨਾਲ ਬੇਇਨਸਾਫ਼ੀ ਕੀਤੀ 6 'ਚ, ਤੁਸੀਂ ਸਾਡੇ ਪਾਣੀਆਂ ਨਾਲ ਬੇਇਨਸਾਫ਼ੀ ਕੀਤੀ, ਦਰਬਾਰ ਸਾਹਿਬ ਪੁਲਿਸ ਭੇਜੀ, ਸਿੱਖਾਂ ਦਾ ਕਤਲੇਆਮ ਕੀਤਾ, ਧਰਮੀ ਫੌਜੀਆਂ ਨਾਲ ਬੇਇਨਸਾਫ਼ੀ ਕੀਤੀ, ਹਰ ਥਾਂ ਹਰ ਗੱਲ 'ਤੇ। ਚੰਡੀਗੜ੍ਹ ਪੰਜਾਬ ਸਾਡਾ, ਤੁਸੀਂ ਚੰਡੀਗੜ੍ਹ ਨੂੰ ਪੱਕਾ ਯੂਟੀ ਬਣਾ ਦੇਣ ਲੱਗੇ ਹੋ, ਸਾਡੇ ਪਾਣੀਆਂ ਸਾਡੇ ਪੰਜਾਬੀ ਬੋਲਦੇ ਇਲਾਕੇ ਬਾਹਰ ਰੱਖ ਲਏ। ਮੈਂ ਕਿਹੜੀ ਕਿਹੜੀ ਗੱਲ ਗਿਣਾਵਾਂ ਬੇਇਨਸਾਫ਼ੀ ਦੀ, ਬਹੁਤ ਲੰਬੀ ਦਾਸਤਾਨ ਆ, ਔਰ ਉਹਦੇ ਵਿੱਚ